ਕੋਟਾ ਜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕੁੱਟਮਾਰ ਦੀ ਲੈ ਕੇ ਕੀ ਇਹ ਵੀਡੀਓ ਹੈ ਦੋ ਜਾਣਕਾਰੀ ਦੇ ਬਾਰੇ ਸਰ ਐਕਚੁਅਲੀ ਕੋਈ ਜ਼ਿਆਦਾ ਵੱਡਾ ਇਸ਼ੂ ਨਹੀਂ ਹੈਗਾ ਇਸ਼ੂ ਤਾਂ ਸੀਗਾ ਇਹ ਰੈਂਟ ਦਾ ਯਾਨੀ ਕਿ ਆਪਣੇ ਕਿਰਾਏ ਤੇ ਬਿਲਡਿੰਗ ਜਿਹੜੀ ਦਿੱਤੀ ਹੋਈ ਹੈ ਬਟ ਜਿਹੜਾ ਸੀਗਾ 2 ਮੰਥ ਦੇ ਪੈਂਡਿੰਗ ਤੋਂ ਬਾਅਦ ਦੇ ਵਿੱਚ ਜਿਹੜੀ ਗੱਲ ਕਰਨੀ ਸੀਗੀ ਨਾ ਜਿਹੜੀ ਲੇਡੀ ਚਰਨਜੀਤ ਕੌਰ ਜੀ ਦੇ ਨਾਲ ਸੀਗਾ ਉਹ ਆਪਦੇ ਨਾਲ ਮੈਨੂੰ ਨਹੀਂ ਪਤਾ ਦੋ ਜਾਣੇ ਕੌਣ ਕਿਹਨੂੰ ਲੈ ਕੇ ਆਈ ਹੈ ਉਹਨਾਂ ਦੇ ਕੋਲ ਪਿਸਟਲ ਸੀਗਾ ਉਹ ਆਉਣ ਸਾਰ ਗੱਲਬਾਤ ਦੇ ਵਿੱਚ ਅਤੇ ਪਿਸਟਲ ਨੂੰ ਧਮਕਾਉਣਾ ਦਿਖਾਉਣਾ ਮੈਨੂੰ ਇਸ ਚੀਜ਼ ਦੇ ਵਾਸਤੇ ਹੀ ਕਹਿਣਾ ਕਿ ਤੂੰ ਕਿਰਾਇਆ ਮੰਗਣ ਕਿਵੇਂ ਲੱਗਦਾ ਜਾਂ ਅਸੀਂ ਤੈਨੂੰ ਨਹੀਂ ਦੇਣਾ ਉਹ ਪੁਆਇੰਟ ਖੋ ਗਿਆ ਪਿਸਟਲ ਜਦੋਂ ਪਿਸਟਲ ਪੁਆਇੰਟ ਹੋਣ ਤੋਂ ਬਾਅਦ ਵਿੱਚ ਮੈਂ ਉਹਨੂੰ ਕਿਹਾ ਵੀ ਇਹ ਪਿਸਟਲ ਤੂੰ ਇੱਦਾਂ ਕਾਹਦੇ ਵਾਸਤੇ ਕਰੀ ਜਾਣਾ ਉਦੋਂ ਬਾਅਦ ਉਹ ਪਿਸਟਲ ਪਹਿਲਾਂ ਟੇਬਲ 'ਤੇ ਆ ਗਿਆ ਫਿਰ ਪੁਆਇੰਟ ਹੋ ਗਿਆ ਫਿਰ ਉਸ ਤੋਂ ਬਾਅਦ ਮੈਂ ਹੱਥਾਂ 'ਚ ਚੱਕਿਆ ਹੋ ਸਕਦਾ ਮੈਂ ਪਹਿਲਾਂ ਨਾ ਹੱਥ ਚੱਕਦਾ ਤਾਂ ਪਿਸਟਲ ਚੱਲ ਜਾਂਦਾ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਲੱਗਿਆ ਵੀ ਇਹਨੇ ਤਾਂ ਪਿਸਟਲ ਨੂੰ ਹੀ ਹੱਥ ਪਾ ਲਿਆ ਫਿਰ ਉਹਨਾਂ ਦੋਨਾਂ ਜਾਣਿਆਂ ਨੇ ਮੈਨੂੰ ਉੱਥੇ ਫੜ ਕੇ ਚਾਹੇ ਉਹਨਾਂ 'ਤੇ ਜਿਹੜੀ ਵੀ ਵਾਹ ਲੱਗੀ ਉਹ ਕੜਾ ਮਾਰਨਾ ਜਾਂ ਕੱਚ ਦਾ ਗਲਾਸ ਜਾਂ ਪਿਸਟਲ ਦਾ ਬੱਟ ਉਹਦੇ ਨਾਲ ਫ੍ਰੈਕਚਰ ਹੋ ਗਿਆ ਸਿਰ 'ਤੇ ਇੱਕ ਰੈਂਟ ਦਾ ਹੀ ਇਸ਼ੂ ਸੀਗਾ ਕੋਈ ਵੱਡਾ ਇਸ਼ੂ ਨਹੀਂ ਗਾ ਆਪਣੀ ਐਕਸਪਰਟ ਟਾਵਰ ਬਿਲਡਿੰਗ ਹੈ ਜਿਹੜੀ ਉਹਦੇ ਵਿੱਚ ਆਪਾਂ ਫਸਟ ਫਲੋਰ ਸੀ ਕੇ ਸਲੂਨ ਨੂੰ ਦਿੱਤਾ ਸੀਗਾ ਠੀਕ ਹੈ ਹੋਰ ਜਿਹਦਾ 2 ਮੰਥ ਦਾ ਰੈਂਟ ਪੈਂਡਿੰਗ ਸੀਗਾ ਜਿਹਦੇ ਵਾਸਤੇ ਸਾਡੀ ਐਜ਼ ਏ ਨੋਰਮਲ ਕਾਲ ਜਿਵੇਂ ਆਫਟਰ 15 ਡੇਜ਼ ਜਾਂ 20 ਡੇਜ਼ ਬਾਅਦ ਹੀ ਆਪਾਂ ਰਿਮਾਇੰਡ ਕਰਾਉਂਦੇ ਹਾਂ ਉਹ ਵੀ ਮੈਨੇਜਰ ਹੀ ਕਾਲ ਕਰਦਾ ਮੈਂ ਤਾਂ ਉਹ ਵੀ ਨਹੀਂ ਕੀਤੀ ਸੀ ਤਾਂ ਅੱਜ ਮਾਰਨਿੰਗ ਉਹਨਾਂ ਦੀ ਕਾਲ ਆਈ ਠੀਕ ਹੈ ਕਿ ਸਰ ਅਸੀਂ ਤੁਸੀਂ ਸਾਡੇ ਕੋਲ ਆ ਜਾਓ ਮੈਂ ਕਿਹਾ ਜੀ ਤੁਸੀਂ ਆਫਿਸ ਆ ਜਾਓ ਕੋਈ ਵੱਡੀ ਗੱਲ ਨਹੀਂ ਜੇ ਕੋਈ ਤੁਹਾਡੇ ਮਨ 'ਚ ਕੋਈ ਡਾਊਟ ਆਪਾਂ ਪੁੱਛ ਲੈਂਦੇ ਪਰ ਗੱਲ ਕਰਨ ਤੋਂ ਪਹਿਲਾਂ ਉਹਨਾਂ ਨੇ ਪਿਸਟਲ ਕੱਢ ਕੇ ਸ਼ੋਅ ਆਫ ਕੀਤਾ ਫਿਰ ਟੇਬਲ 'ਤੇ ਰੱਖਿਆ ਜਦੋਂ ਪੁਆਇੰਟ ਹੋ ਗਿਆ ਮੈਂ ਕਿਹਾ ਹੁਣ ਲਿਮਿਟ ਕ੍ਰੋਸ ਹੋ ਗਈ ਹੈ ਫਿਰ ਮੈਂ ਉਹਨਾਂ ਦਾ ਹੱਥ ਫੜਿਆ ਅਤੇ ਫਿਰ ਹੱਥ ਪਾਈ ਸ਼ੁਰੂ ਹੋਈ ਅਤੇ ਕੌਣ ਲੇਡੀ ਕੌਣ ਸੀਗੀ ਇਹ ਚਰਨਜੀਤ ਕੌਰ ਆ ਜੀ ਕੋਈ ਵਿਡੋ ਲੇਡੀ ਆ ਚੰਡੀਗੜ੍ਹ ਤੋਂ ਬਿਲੋਂਗ ਕਰਦੀ ਹੈ ਮੇਰੀ ਜ਼ਿਆਦਾ ਤਾਂ ਜਾਣ ਪਛਾਣ ਹੈ ਨਹੀਂ ਸੀਗੀ ਮੋਗੇ ਦੇ ਕਿਸੇ ਨੋਨ ਦੇ ਕਰਕੇ ਆਪਾਂ ਰੈਂਟ 'ਤੇ ਬਿਲਡਿੰਗ ਦੇ ਦਿੱਤੀ ਸੀ ਇਹਨਾਂ ਨੂੰ ਠੀਕ ਹੈ ਅਤੇ ਉਸ ਤੋਂ ਬਾਅਦ ਤੁਹਾਨੂੰ ਲੜਾਈ ਹੋਈ ਫਿਰ ਹਾਂਜੀ ਅੱਜ ਹੱਥੋਂ ਪਾਈ ਵਾਲਾ ਜਿਹੜਾ ਸਿਨੈਰੀਓ ਸੀਗਾ ਉਹ CCTV 'ਚ ਵੀ ਰਿਕਾਰਡ ਹੋ ਗਿਆ ਔਰ ਮੈਂ ਇਸ ਚੀਜ਼ ਦੇ ਵਾਸਤੇ ਬਿਲਕੁਲ ਵੀ ਨਹੀਂ ਸੋਚਿਆ ਸੀਗਾ ਕਿ ਜਦੋਂ ਆਪਾਂ ਕਿਸੇ ਨੂੰ ਚੀਜ਼ ਅਸੀਂ ਵੀ ਰੈਂਟ 'ਤੇ ਰਹਿੰਦੇ ਹਾਂ ਸਾਡੇ ਵੀ 100 ਚੀਜ਼ਾਂ ਹੋ ਜਾਂਦੀਆਂ ਕਦੀ ਕਦੀ 5-10 ਦਿਨ ਉੱਪਰ ਨੀਚੇ ਹੋ ਜਾਂਦਾ ਬਟ ਅਸੀਂ ਇੱਦਾਂ ਨਹੀਂ ਕਦੀ ਸੋਚਿਆ ਵੀ ਆਪਦੇ ਓਨਰ ਨੂੰ ਗਾਲਾਂ ਕੱਢੀਏ ਜਾਂ ਬੋਲੀਏ ਜਾਂ ਪਸਤੌਲ ਤਾਂ ਚਲੋ ਇੱਕ ਪਤਾ ਨਹੀਂ ਸੋਚ ਜੀ ਨਹੀਂ ਆ ਸਕਦਾ ਪੂਰੇ ਜਨਮ 'ਚ ਇਹਨਾਂ ਨੇ ਪਤਾ ਨਹੀਂ ਇੱਦਾਂ ਦੀ ਹਰਕਤ ਕਾਹਤੋਂ ਕੀਤੀ ਆ ਕਿਹੜੇ ਗੈਂਗਸਟਰਾਂ ਦਾ ਨਾਮ ਲੈ ਕੇ ਜਿਹੜੇ ਕਹਿ ਰਹੇ ਸੀਗੇ ਵੀ ਅਸੀਂ ਤੈਨੂੰ ਰੈਂਟ ਨਹੀਂ ਦੇਣਾ ਅਤੇ ਤੁਹਾਨੂੰ ਗੈਂਗਸਟਰਾਂ ਦਾ ਨਾਮ ਵੀ ਦਿੱਤਾ ਗਿਆ ਕੋਈ 2-3 ਗੈਂਗਸਟਰਾਂ ਦੇ ਵੱਲੋਂ ਆਪਦੇ ਵੱਲੋਂ ਕਹਿ ਰਹੇ ਸੀਗੇ ਵੀ ਤੂੰ ਫਲਾਣੇ ਨੂੰ ਜਾਣਦਾ ਫਲਾਣੇ ਨੂੰ ਜਾਣਦਾ ਅੱਜ ਕੱਲ੍ਹ ਤੁਹਾਨੂੰ ਪਤਾ ਰੂਟੀਨ 'ਚ ਫਿਰ ਹਰ ਕੋਈ ਕਹਿ ਦਿੰਦਾ ਮੈਂ ਉਸ ਟੌਪਿਕ 'ਤੇ ਗੱਲ ਨਹੀਂ ਕਰਦਾ ਬਟ ਜਦੋਂ ਉਹ ਨੇਮ ਲੈ ਹੀ ਦਿੱਤੇ ਤਾਂ ਉਸ ਤੋਂ ਬਾਅਦ ਪਿਸਟਲ ਹੱਥ 'ਚ ਆ ਗਿਆ ਫਿਰ ਉਹਨੂੰ ਟੇਬਲ 'ਤੇ ਰੱਖਤਾ ਫਿਰ ਉਹ ਪੁਆਇੰਟ ਹੋ ਗਿਆ ਫਿਰ ਉਸ ਤੋਂ ਬਾਅਦ ਜਦੋਂ ਮੈਂ ਹੱਥ ਨਾਲ ਫੜਿਆ ਦੈਨ ਉਸ ਤੋਂ ਬਾਅਦ ਸਫਾਈ ਵਾਲਾ ਕੰਮ ਇਨਫੋਰਮੇਸ਼ਨ ਆਈ ਸੀ ਸਿਵਲ ਹਸਪੀਟਲ ਮੋਗਾ ਤੋਂ ਕਿ ਇੱਥੇ ਇੱਕ ਦੀਪਕ ਕੌੜਾ ਨਾਂ ਦਾ ਜਿਹੜਾ ਵਿਅਕਤੀ ਆ ਉਹ ਜਿਹੜਾ ਇੱਥੇ ਐਡਮਿਟ ਆ ਅਸੀਂ ਉੱਥੇ ਆਪਣਾ ਪੁਲਿਸ ਅਫੀਸ਼ਲ ਜਿਹੜਾ ਭੇਜ ਦਿੱਤਾ ਉਸ ਦੀ ਸਟੇਟਮੈਂਟ ਰਿਕਾਰਡ ਕਰਨ ਵਾਸਤੇ ਤੋਂ ਪ੍ਰੀਲਿਮਨਰੀ ਇਨਕੁਆਇਰੀ ਤੋਂ ਸਾਨੂੰ ਇਹ ਗੱਲ ਪਤਾ ਲੱਗੀ ਆ ਵੀ ਜਿਹੜਾ ਇਹ ਦੀਪਕ ਕੌੜਾ ਇਹਦੀ ਬਿਲਡਿੰਗ ਦੇ ਉੱਪਰ ਇੱਕ ਲੇਡੀਜ਼ ਦਾ ਸਲੂਨ ਸੀਗਾ ਅਤੇ ਉਸਦਾ ਕੋਈ ਕਿਰਾਇਆ ਵਗੈਰਾ ਪੈਂਡਿੰਗ ਸੀਗਾ ਜਿਸ ਦੇ ਨੂੰ ਲੈ ਕੇ ਇਹ ਜਿਹੜੀ ਤਕਰਾਰਬਾਜ਼ੀ ਇਹਨਾਂ ਦੇ ਵਿੱਚ ਹੋਈ ਅਤੇ ਲੜਾਈ ਝਗੜਾ ਹੋਇਆ CCTV ਵਿੱਚ ਇੱਕ ਪਿਸਟਲ ਵੀ ਦਿਖਦੀ ਨਜ਼ਰ ਆ ਰਹੀ ਹੈ ਸਰ ਉਹ ਕੁਛ ਵੈਰੀਫਾਈ ਹੋਇਆ ਸਰ ਨਹੀਂ ਉਸ ਚੀਜ਼ ਨੂੰ ਅਸੀਂ ਅਜੇ ਵੈਰੀਫਾਈ ਕਰ ਰਹੇ ਹਾਂ ਸਰ ਸੱਟਾਂ ਕਿੱਥੇ ਵੱਜੇ ਕੁਛ ਪਤਾ ਲੱਗਿਆ ਸੱਟਾਂ ਤਾਂ ਉਹ ਭੇਜਿਆ ਹੋਇਆ ਆਪਣਾ ਪੁਲਿਸ ਅਫੀਸ਼ਲ ਅਤੇ ਉਹ ਜੋ ਡਾਕਟਰ ਸਾਹਿਬ ਨਾਲ ਕੰਸਲਟ ਕਰਕੇ ਆ ਉਸ ਤੋਂ ਜੋ ਆਪਣੇ MLR ਵਗੈਰਾ ਜਿਹੜੀਆਂ ਹਾਸਲ ਕਰ ਲਊਗਾ ਅਤੇ ਉਸ ਤੋਂ ਬਾਅਦ ਹੀ ਵੈਰੀਫਾਈ ਹੋਊਗਾ ਵੀ ਕਿੱਥੇ ਕਿੱਥੇ ਵੱਜੀਆਂ ਸੱਟਾਂ